ब्लॉग बोलेंगे। गुड मॉर्निंग मनाली। गुड मॉर्निंग जी। वेरी गुड मॉर्निंग मनाली। आज कहाँ से जाना है आपा हुन? नहीं जाना आज रोहतांग। शिलोंग। आज रोहतांग जाना आपा। नहीं चलो यार मुंडे मेरे दुआले है ना चाह भी नहीं चली है। हैप्पी बर्थडे यारा। गाइस बाहर आए हैं चाय पीने। चाह पी के वापस जाना होटल रूम खाली करिए अपना वीडियो जो बने रहे हो। हाँ जी साढ़े होटल के सामने एक बुद्ध टैंपल से मैं क्या तुम दिखा दी है थोड़ा जहा देख लो जी कि बाकी लोकेशन बहुत वधिया व्यू बहुत सोहना आ रहा इतने कभी आए इधर इतने जरूर आयो तुम। सो देखो जी कि वधिया। सो वीडियो च एंड तक बने रहो सारे। बाहर भी आ गए कहते कमरा नहीं खाली कर दे। सो गाइस समान सारा बाहर रखता है आपा देखो। हाँ देखियो नहीं बाहर किदा एक मिनट आ देखो खड़े कहते कमरा खाली कर दो हूँ छेती। लो जी हुण आपां जा रहे हैं हुण देखदे कित्थे जांदे तां दुखाने आ हुण आइए आपको मिलते हैं दूसरी लोकेशन पे। यहां हमारा सफर खत्म हुआ अब हम आपको मिलेंगे दूसरी लोकेशन पे। अब हम जा रहे हैं सोनामवाली। नहीं अब हम जा रहे हैं फ्लोटिंग खाने हिडिंबा टेंपल। ओह सॉरी ब्रेकफास्ट करना तो हम भूल ही गए मुझे पराठे खाने हैं। नोबिता अच्छा पड़ जाएगा गच्चा का पड़ जाए उससे पहले मुझे पराठे खाने हैं। इसी वाले पर यार किन्नी का थल्ले और बेसमेंट में चली हो गई। मैं तो भी रात को यही लगा था तो मैं कल ये हाल थी कब जब तुम मेरे आंसू बहा रहे थे जब तुमने फीलिंग्स के साथ खेला था। वाकरी तो परौंठे आ गए यार अभी एक से बढ़ जाएगा पेट होते मक्खन गुलाब ठंडा हो जाएगा।
ਤੇ ਉੱਥੇ ਮੌਸਮ ਕੀ ਹਿਸਾਬ ਆ ਥੱਲੇ ਬਟ ਇੱਥੇ ਤਾਂ ਬਹੁਤ ਨਜ਼ਾਰਾ ਆ ਦਿਖਾ ਜਰਾ ਅਰੇ ਵੀਰਿਓ ਜਦੋਂ ਵੀ ਆਣਾ ਨਾ ਘੁੰਮਣ ਜਾਣਾ ਆ ਮਨਾਲੀ ਜ਼ਰੂਰ ਆਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਉੱਥੇ ਦੇਖਦੇ ਆ ਕੀ ਰਿਪੋਰਟ ਆ ਕਿੱਦਾਂ ਦਾ ਵਿਊ ਆ ਦੇਖਦੇ ਕੀ ਨਜ਼ਾਰਾ ਆਉਂਦਾ ਅੱਗੇ ਮੋੜ ਦੇਖਦੇ ਬੜਾ ਖਤਰਨਾਕ ਮੋੜੀ ਹੋਏ क्या बात है यार बहुत ज्यादा ही सोहना व्यू है यार इतनी के ज्यादा नेचुरल ब्यूटी है ना ਸਹੀ ਗੱਲ ਆ ਸਹੀ ਗੱਲ ਆ ਪਰ ਅਸੀਂ ਨਾ ਰਸ਼ ਚ ਰਹਿੰਦੇ ਆ ਹਮੇਸ਼ਾ ਕਿ ਉੱਥੇ ਜਾਣਾ ਇੱਥੇ ਜਾਣਾ ਪਰ ਐਕਚੁਅਲੀ ਉੱਥੇ ਜਾਣਾ ਹੀ ਬਿਊਟੀ ਹੈ ਮਤਲਬ ਕਿੰਨਾ ਵਧੀਆ ਹੈ ਨਾ ਨੇਚਰਲ ਬਿਊਟੀ ਦੇਖੋ ਕਿਦਾਂ ਸਾਰਾ ਹਰਿਆ ਭਰਿਆ ਦੇਖਣ ਨੂੰ ਲੱਗਦਾ ਤੇ ਸਾਡੇ ਨਹੀਂ ਖੇਤ ਉੱਥੇ ਹਰੇ ਭਰੇ ਉਹ ਨਹੀਂ ਯਾਰ ਆ ਚੀਜ਼ ਜ਼ਿਆਦਾ ਵਧੀਆ ਹੈ ਇੰਨੇ ਵਧੀਆ ਝਰਨੇ ਆ ਸਾਡੇ ਉਹਦੇ ਮੋਟਰਾਂ ਸ਼ਾਂਤੀ ਹੈ ਨਾਲੇ ਮੋਟਰਾਂ ਦੇ ਬੈਠੋ ਸ਼ਾਂਤੀ ਸ਼ਾਂਤੀ ਆ चलो जिदा भी है बट बहुत सोहना है चलो टनल जाके दिखाने अगे करी गड्डिया जी वाले कौन गड्डिया जी लाए गए अगे बंदे नहीं नहीं और वो पार्क कर और देख लागी है बग्गी बड़ा नजारा आंदा चलाउण दा है लैंडिंग स्पॉट आ उत्थे पैराग्लाइडिंग वापसी दे टाइम तुहानू इह भी करके दिखावांगे गाइस ओ गिव द ओ सो वीडियो च बने रहो बस यार सब तो बढ़िया है मनाली टूरिस्ट प्लेस घूमण फिरन आना आओ नजारे लो क्या लो ये दो किलोमीटर रह गए हैं वेलकम यू ਲੇਹ ਕਿੰਨਾ ਮੀਟਰ ਸੀਗਾ 400 ਕੁਛ ਯਾਰ ਲੇਹ 512 ਸੀਗਾ ਉੱਥੋਂ ਮਨਾਲੀ ਤੋਂ ਬਹੁਤ ਦੂਰ ਆ ਲੇਹ ਤੋਂ ਬਰਫ ਤਾਂ ਨੇੜੇ ਹੀ ਆ ਤੇ ਮੌਸਮ ਬੜਾ ਠੰਡਾ ਬਾਹਰ ਜਿੰਨੀ ਪੰਜਾਬ 'ਚ ਗਰਮੀ ਹੁੰਦਾ ਠੰਡਾ 14 ਡਿਗਰੀ ਹੈ ਬਾਹਰ ਟੈਂਪਰੇਚਰ ਅੱਛਾ ਵੀ ਹੋਏ ਪਰੇ ਉਹ ਮਾੜਾ ਜਿਹਾ ਕੈਂਡੀ ਲੈ ਜੀ ਇਧਰ ਆ ਗਏ ਹਾਂ ਪੈਸੇ ਦੇਖੋ ਜੀ ਇੱਥੇ ਐਂਟਰੀ ਹੋਣ ਤੋਂ ਪਹਿਲਾਂ ਚੈਕਿੰਗ ਕਰਦੇ ਆ ਪਹਿਲਾਂ ਭਾਈ ਪਹਿਲਾਂ ਹਿਮਾਚਲ ਦੀ ਐਂਟਰੀ ਤੇ ਚੈਕਿੰਗ ਹੋਈ ਚੰਗੀ ਭਾਰੀ ਬੜੀ ਕਰਦੇ ਆ ਬੈਗ ਖੋਲ ਲੈ ਭਰਾਵਾ ਇੰਨੀ ਚੈਕਿੰਗ ਕਰਦੇ ਆ ਹੁਣ ਇੱਥੇ ਰਤਾਂ ਗੜੀ ਜੰਮੂ ਨਹੀਂ ਇਹ ਕਰੇ ਅੱਛਾ ਉੱਥੇ ਵੀ ਹਰ 5 ਮਿੰਟ ਦੇ ਬਾਅਦ ਦੀ ਗੱਡੀ ਰੋਕ ਕੇ ਚੈਕਿੰਗ ਕਰਦੇ ਆ ਹੁਣ ਇੱਥੇ ਰਤਾਂ ਗੜੀ ਚਲੋ ਜੀ ਚੈਕਿੰਗ ਸਾਡੀ ਹੋ ਗਈ ਆ ਹੁਣ ਦੇ ਅਡਲ ਟਨਲ ਦੇ ਐਂਟਰ ਕਰਨ ਲੱਗੇ ਆ ਨਾਲ ਆਪਾਂ ਇਹ ਵੀ ਖਾਂਦੇ ਆ कॉटन कैंडी देखो जी व्यू देख लेंगे लोगों बदल देख मैं ओ देख सामने बदल आ रही आ गई हूँ अटल टनल रोहतांग साउथ पोर्टल आ गए बड़ी सोहनी बनाई है यार क्या बात है यार ओए ओए ओए।
ਲੋ ਵੀ ਵੀਰੋ 10 ਮਿੰਟ ਹੋ ਗਏ ਆ ਆਪਾਂ ਨੂੰ ਟਨਲ 'ਚ ਖਤਮ ਹੀ ਨਹੀਂ ਹੋ ਰਹੀ ਬਹੁਤ ਵੱਡਾ ਟਨਲ ਹੈ ਯਾਰ ਇਹ ਸਭ ਤੋਂ ਵੱਡੇ ਟਨਲ ਹੈ ਇੰਡੀਆ 'ਚ ਹਿਮਾਚਲ 'ਚ ਜਿਹੜਾ ਬਣੇ ਟਨਲ ਬਹੁਤ ਟਨਲ ਆ ਅੱਛਾ ਬੜੇ ਸਭ ਤੋਂ ਵੱਡਾ ਟਨਲ ਆ ਸਹੀ ਆ ਯਾਰ ਬਣਾਇਆ ਵੀ ਬਹੁਤ ਸੋਹਣਾ ਆ ਸਾਫ ਸੁਥਰਾ ਆ ਬਹੁਤ ਵਧੀਆ ਹੈ ਦੂਰ ਤੱਕ ਲੱਭ ਨਹੀਂ ਰਿਹਾ ਇਹ ਬਾਹਰ ਹੈ ਨਾ ਮਤਲਬ ਦੂਰ ਦੂਰ ਤੱਕ ਸਾਡੇ ਨਾਲ ਦੇ ਆ ਬੰਦੇ ਪਤਾ ਨਹੀਂ ਕਿੱਥੇ ਪਹੁੰਚੇ ਆ ਸਾਨੂੰ ਪਤਾ ਹੀ ਨਹੀਂ ਲੱਭੇ ਨਹੀਂ ਰਹੇ ਹਾਂ ਇੱਥੇ ਰੇਂਜ ਆਂਦੀ ਬੜੀ ਘੈਂਟ ਜਗ੍ਹਾ ਪਤਾ ਨਹੀਂ ਕਿੱਥੇ ਆ ਗਏ ਆਪਾਂ ਇਦਾਂ ਲੱਗਦਾ ਗਾ ਇਦਾਂ ਲੱਗਦਾ ਪਤਾ ਨਹੀਂ ਕਿੱਥੇ ਆ ਗਏ ਅੰਡਰਗਰਾਉਂਡ ਧਰਤੀ ਦੇ ਵਿੱਚ ਘੁੰਮਣ ਨੇ ਸਹੀ ਹੈ ਨਾ ਪਤਾਲ 'ਚ ਨਰਕ 'ਚ ਤਾਂ ਨਹੀਂ ਆ ਨਹੀਂ ਨਹੀਂ ਲੂਸੀਫਰ ਨੂੰ ਲੱਭ ਲੱਗ ਗਏ ਵਿਆਹ ਕਰ ਲੈ ਮਿੱਤਰਾਂ ਦੇ ਨਾਲ ਮੁੱਕਦੀ ਨਹੀਂ ਵੀ ਮੈਂ ਤਾਂ ਵੀਡੀਓ ਬੰਦ ਕਰਨ ਲੱਗਾ ਬਾਈ ਐਂਡ 'ਚ ਦਿਖਾਵਾਂਗੇ ਤੁਹਾਨੂੰ ਦਿਖਾਉਂਦੇ ਐਂਡ 'ਚ ਮਿਲਦੇ ਹਾਂ ਲਓ ਜੀ ਆਖੀ ਰਾਹ ਹੀ ਗਏ ਬਾਹਰ ਨਹੀਂ ਤਾਂ ਅੱਕ ਗਏ ਹੈਗੇ ਅੰਦਰ ਰਹਿ ਕੇ ਬੜੀ ਲੰਬੀ ਵਾਟ ਸੀ ਬੜਾ ਰਸ਼ ਹੈ ਉੱਥੇ ਆਪਣੇ ਨਾਲ ਦੇ ਬੰਦੇ ਸਾਰੇ ਸਾਥ ਵਾਲੇ ਦੇਖੋ ਜੀ ਆ ਬਾਤ ਆ ਯਾਰ ਬੜਾ ਘੈਂਟ ਨਜ਼ਾਰਾ ਇੱਥੇ ਦਾ ਕੀ ਬਾਤ ਆ ਜੀ ਸਾਰਾ ਪਹਾੜ ਦੇ ਅੰਦਰੋਂ ਆ ਆ ਪਹਾੜ ਆ ਪਹਾੜ ਦੇ ਅੰਦਰੋਂ ਆਏ ਜੀ ਆਪਾਂ ਬੜੀ ਅੱਤ ਕਰਾਈ ਪਈ ਹੈ ਮੂਸੇ ਵਾਲਾ ਹੋਈ ਪਈ ਆ ਨਦੀ ਵੀ ਜਾਂਦੀ ਆਪਾਂ ਕਿਹਾ ਇੱਥੇ ਥੋੜ੍ਹਾ ਟਾਈਮ ਬੈਠ ਜਾਈਏ ਸਾਈਡ 'ਤੇ ਥੋੜ੍ਹਾ ਇੰਜੋਏ ਕਰ ਲਈਏ ਥੋੜ੍ਹੇ ਟਾਈਮ ਬਾਅਦ ਇੱਥੋਂ ਅੱਗੇ ਜਾਵਾਂਗੇ ਵਾਪਸ ਜਾਵਾਂਗੇ ਹੁਣ ਸੋ ਵੀਡੀਓ 'ਚ ਬਣੇ ਰਹੋ ਐਂਡ ਤੱਕ ਹਾਂ ਵੀ ਬਹੁਤ ਠੰਡਾ ਪਾਣੀ ਹੋਏ ਬੱਲੇ 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 ਕੌਣ ਉਹ ਪਹਾੜਾਂ ਨਾਲ ਗੱਲਾਂ ਕਰਨ ਲਈ ਸ਼ਾਇਰੀ ਹੋ ਜਵੇ ਨਹੀਂ ਰਹਿਣ ਦੋ ਚਲੋ ਜੀ ਪਾਣੀ ਦਾ ਰੰਗ ਦੇਖੋ ਗਾਇਜ਼ ਆਪਾਂ ਇੱਥੋਂ ਚੱਲਦੇ ਹਾਂ ਅਗਲੇ ਵਲੌਗ 'ਚ ਤੁਹਾਨੂੰ ਪੈਰਾਗਲਾਈਡਿੰਗ ਦਿਖਾਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਈਏ ਫਿਰ ਚਲੋ ਉਹਨਾਂ ਨੂੰ ਹੋ ਲੈਂਦੇ ਅੱਗੇ ਅਤੇ ਬਸ ਨਿਕਲੀਏ ਇੱਥੋਂ ਵਾਪਸ ਮਨਾਲੀ ਵੱਲ ਅਤੇ ਮਿਲਦੇ ਹਾਂ ਫਿਰ ਦੇਖਦੇ ਹੁਣ ਕਿੱਥੇ ਰੁਕਦੇ ਹਾਂ